स्वागत है किसान वीरो तुहाडा सिदक डेयरी फार्मिंग दे विच। किसान वीरो अज एक होर वीडियो तुहानू दिखाउणे आ सैदो के पिंड दे विचों निहाल सिंह वाला तहसील ते मोगे जिले दा इह पिंड जिहड़े घर चों वीडियो बना रहे दोस्तों वीर कोल रूटीन च पशु आउंदे आ विक्री वाले इसे बहुत सारे नग हुंदे आ। अज भी तुहानू पंज नग मैं विक्री वाले दिखाऊंगा। थले जिहड़ियां गड्डियां इत्थे लगदियां आ पैड़ा जिहड़ा बनिया हुआ जी ते पशु बाई जी तार दे आ ते जां चढ़ाउंदे आ ਉਹ ਨਿਸ਼ਾਨ ਜਿਹੜੇ ਉਹਨਾਂ ਤੋਂ ਵੀ ਪਤਾ ਲੱਗੂਗਾ ਤੁਹਾਨੂੰ ਕਿਉਂਕਿ ਇੱਥੋਂ ਹੁਣੇ ਦੋ ਗੱਡੀਆਂ ਪੈਕਅਪ ਜਿਨ੍ਹਾਂ ਦੇ ਵਿੱਚ ਇੱਕ 'ਚ ਦੋ ਨਾਗ ਅਤੇ ਇੱਕ 'ਚ ਇੱਕ ਨਾਗ ਬਾਈ ਨੇ ਹੁਣੇ ਚੜ੍ਹਾ ਕੇ ਇੱਥੋਂ ਭੇਜੇ ਆ। ਇਹ ਤੋਂ ਬਿਨਾਂ ਇੱਧਰ ਨਾਗ ਜਿਹੜੇ ਖੜ੍ਹੇ ਆ ਸਾਹਮਣੇ ਵੈੜ ਬਹੁਤ ਚੰਗੇ ਦੁੱਧ ਵਾਲੀ ਹੈ, ਹਾਲਾਂਕਿ ਵੀਡੀਓ 'ਚ ਨਹੀਂ ਦਿਖਾਵਾਂਗੇ ਕਿਉਂਕਿ ਸੇਲ ਹੋਈ ਵੀ ਹੈ। ਇਹ ਤੋਂ ਬਿਨਾਂ ਇੱਕ ਹੋਰ ਇੱਧਰ ਗਾਂ ਇਹ ਵੀ ਸੇਲ ਹੋਈ ਵੀ ਹੈ, ਇੱਕ ਜਰਸੀ ਬਲੈਕ ਕਲਰ ਦੇ ਵਿੱਚ ਕੌਫੀ ਕਲਰ ਵਾਲੀ ਜਰਸੀ ਇਹ ਵੀ ਸੇਲ ਹੋਈ ਵੀ ਹੈ। वैसे थोनू दिखा दें ते नाग थोनू मैं जेडे दिखाने इस टाइम विक्री आले जेडे हैगे ओह पंज है। इन्हां दे विच तीन गावां इधर खड़ियां तुसी देख रहे हो ते एक थोनू दिखाऊंगा नगीना ही, ये बाद च दिखावांगे। ते एक क्रॉस ब्रीड च गां खड़ी है सामने वह भी फॉर सेल है। सो आओ वीडियो की शुरुआत दोस्तों करते हैं। इस साइड तो पहले नंबर वाली गां बारे डिटेल पुछदे हां बाई तो नाल थोनू तोर के दिखाउंदे जावांगे। ਤੁਹਾਨੂੰ ਜਿਹੜਾ ਨਗ ਚੰਗਾ ਲੱਗਿਆ ਆ ਕੇ ਤਸੱਲੀ ਨਾ ਖਰੀਦੋ ਬਾਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦੀ ਬਾਈ? ਖੁਸ਼ਦੀਪ ਸਿੰਘ। ਖੁਸ਼ਦੀਪ ਬਾਈ, ਅੱਜ ਤਿੰਨ ਚੜੀਆਂ ਗੱਡੀ ਚ ਹੁਣ ਜਿਹੜੇ ਨਗ ਜੀ ਆ ਤਿੰਨ ਐਨੀਮਲ ਹੁਣ ਭੇਜਿਆ ਜੀ ਤੇ ਦੋ ਇਦੂ ਪਹਿਲਾਂ ਭੇਜਤੀਆਂ। ਅੱਜ ਤੁਹਾਨੂੰ ਮੈਂ ਉਦੋਂ ਫੋਨ ਕਰਿਆ 14 ਗਾਵਾਂ ਸੀ ਜੀ। ਠੀਕ ਹੈ, ਹੁਣ ਤਾਂ ਫਿਰ ਰੂਟੀਨ ਚ ਇੰਨੇ ਨਗ ਆਏ ਰਹਿੰਦੇ ਹੋਣਗੇ ਨਾ? ਹਾਂਜੀ, ਰੂਟੀਨ ਚ ਹੁਣ ਜਿਵੇਂ ਕੱਲ 9 ਮੰਡੀਆਂ ਲੰਘਾਂ ਸੀ ਉੱਥੇ ਸੇਲ ਹੋ ਗਈਆਂ। ਅੱਛਾ, ਤਿੰਨ ਮੰਡੀਆਂ ਘਰੇ ਲਿਆਏ ਸੀ ਉਹ ਤਿੰਨ ਇੱਥੇ ਆ ਕੇ ਉਹਨਾਂ ਚੋਂ ਦੋ ਵੇਖ ਗਈਆਂ, ਇੱਕ ਉਹਨਾਂ ਚੋਂ ਮੰਡੀ ਵਾਲੀਆਂ ਚੋਂ ਇਹਨਾਂ ਚ ਆਈ। ਠੀਕ ਹੈ, ਤੇ ਜਾਨੀ 9-10 ਗਾਈਆਂ ਤਾਂ ਘੱਟੋ ਘੱਟ ਹੁੰਦੀਆਂ 9-10 ਹਰ ਟਾਈਮ ਹੁੰਦੀਆਂ ਹਰ ਟਾਈਮ। ਅੱਛਾ, ਅੱਜ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਹਾਂ, ਇਹ ਕੀ ਡਿਟੇਲ? ਇਹ ਦੂਜਾ ਸੂਆ ਜੀ। ਠੀਕ ਹੈ, 6 ਦੰਦਾ ਜੀ ਵੈੜ। ਠੀਕ ਹੈ, 28 ਕਿਲੋ ਤੋਂ ਐਵਰੇਜ ਇਹਦਾ ਰਿਹਾ ਪਲੂਨ ਦਾ ਜੀ। ਠੀਕ ਹੈ, 31-32 ਕਿਲੋ ਤੱਕ ਉੱਠ ਗਈ ਸੀ। ਕਿੰਨੇ ਦਿਨ ਲੋਕ ਇਹ ਦਊਗੀ ਜੀ? ਮੰਨ ਕੇ ਚੱਲੋ 30-35 ਕਿਲੋ ਆਰਾਮ ਨਾਲ। ਠੀਕ ਹੈ, ਦਿਨ ਕਿੰਨੇ ਲੈ ਜੂਗੀ? ਦਿਨੇ ਲੈ ਜੂਗੀ ਹਫਤੇ ਦੇ ਲਾਗਪਾਸ ਜੀ, 5-7 ਦਿਨ ਜੀ, ਕਿਉਂਕਿ ਉੱਪਰ ਲੱਗੀ ਵੀ ਹੈ ਵੈੜ। ਠੀਕ ਹੈ, ਤੇ ਥਣਾ ਦਾ ਡਿਜ਼ਾਈਨ ਡਿਜ਼ੂਨ ਬਹੁਤ ਚੰਗਾ ਜੀ, ਮੁੱਠੀ ਵਾਲਾ ਥਾਣਾ। ਸਹੀ ਹੈ। ਅੱਛਾ, ਰੇਟ ਇਹਦਾ ਖੁਸ਼ਦੀਪ ਕੀ ਰੱਖਾਂਗੇ? ਰੇਟ ਜੀ ਇਹ ਵੈੜ ਦੇ ਦਾਂਗੇ 85,000 ਰੁਪਏ ਦੀ। ਠੀਕ ਹੈ, ਤੋਰੀ ਬਾਈ ਦੋਸਤੋ 85,000 ਦੀ ਮਿਲੂਗੀ। ਦੂਜਾ ਸੂਆ ਹੈ ਇਸ ਦੀ 6 ਦੰਦ ਲੰਬੀ ਵੇਲ ਚੰਗੀ ਹੈ, ਥਣ ਦਾ ਸਾਈਜ਼ ਹੱਥੀ ਚਵਾਈ ਵਾਲਾ ਬਹੁਤ ਸੋਹਣਾ, ਹਵਾਨੇ ਦੀ ਤਿਆਰੀ ਚੰਗੀ ਹਜੇ ਦਿਨ ਲੈਂਦੀ ਹੈ। ਸੋ ਜਿਹਨੂੰ ਪਸੰਦ ਆਵੇ ਤਾਂ ਤੁਸੀਂ 85,000 ਇਹਦਾ ਮੁੱਲ ਦੋਸਤੋ ਬਾਈ ਨੇ ਵੀਡੀਓ 'ਚ ਕੀਤਾ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ। ਸੋਹਣੀ ਗਾਂ ਦੋਸਤੋ, ਸੋਹਣੀ ਵੈੜ ਹੈ, ਬਹੁਤ ਸੋਹਣੇ ਥਣ ਆ, ਚਾਰੇ ਥਣ ਹੱਥੀ ਚਵਾਈ ਵਾਲੇ ਆ, ਘੁਮਾ ਕੇ ਬੰਨਦੇ ਬਾਈ। ਹਵਾਨਾ ਪਛਾਣ ਨੂੰ ਵੀ ਚੰਗਾ ਅਤੇ ਅਗਾੜੀ ਵੀ ਚੰਗੀ ਦਿਸਦੀ, ਅੱਗੇ ਨੂੰ ਵੀ ਹਵਾਨਾ ਕਾਫੀ ਹੈ। ਸੋ ਇਹ ਪਹਿਲੇ ਨੰਬਰ 'ਤੇ ਇਹਦਾ ਰੇਟ 85,000 ਹੈ। ਇਹ ਤੋਂ ਬਿਨਾਂ ਦੂਜੇ ਨੰਬਰ 'ਤੇ ਇੱਕ ਹੋਰ ਵੈੜ ਤੁਹਾਨੂੰ ਦਿਖਾਉਣਾ ਜਿਹੜੀ ਸੋਹਣੀ ਦਿਸਦੀ ਹੈ ਬਰੀਡ ਵਾਈਜ਼ ਵੀ, ਇਹਦੇ ਬਾਰੇ ਵੀ ਜਾਣਕਾਰੀ ਲੈਂਦੇ। ਖੁਸ਼ਦੀਪ, ਇਹ 2 ਨੰਬਰ 'ਤੇ ਜਿਹੜੀ ਗਾਂ ਬਾਈ? ਇਹ 4 ਦੰਦ ਦਾ ਬੱਚੀ ਜੀ। ਠੀਕ ਹੈ, ਪਹਿਲਾ ਸੂਆ? ਨਹੀਂ ਨਹੀਂ ਜੀ, ਸੂਆ ਦੂਜਾ ਵੀ ਪਲੂਣ ਖੀਰੀ ਸੂਈ ਸੀ। ਠੀਕ ਹੈ, ਦੂਜਾ ਸੂਆ 4 ਬਹੁਤ ਜ਼ਿਆਦਾ ਬਿਊਟੀ ਹੈ ਜੀ ਇਹਦੀ। ਕਿੰਨੇ ਦਿਨ ਲਊਗੀ ਖੁਸ਼ਦੀਪ? ਇਹ ਦਿਨ ਲਊਗੀ ਜੀ ਅਜੇ 8-9, ਘੱਟ ਤੋਂ ਘੱਟ ਹਫ਼ਤੇ ਤੋਂ ਪਲੱਸ ਦਿਨ ਲਊਗੀ ਜੀ ਇਹ। ਠੀਕ ਹੈ, ਰੇਟ ਕੀ ਰੱਖਾਂਗੇ ਇਹਦਾ? ਰੇਟ ਇਹ ਵੈਟ ਦੇ ਦਾਂਗੇ ਆਪਾਂ 90,000 ਰੁਪਏ ਦੀ ਹੁਣ ਜੀ ਇਹ। 90,000 ਦੀ? ਠੀਕ ਹੈ, ਤੋਰੀ ਬਾਈ ਦੋਸਤੋ, 4 ਦੰਦ ਹੈ ਤੇ ਦੂਜਾ ਸੂਆ ਇਹਦਾ ਪਲੂਣ ਦਾ 34-35 ਕਿਲੋ ਦੁੱਧ ਕੱਢਿਆ ਹੋਇਆ ਜੀ। ਪਹਿਲੇ ਸੂਏ ਦਾ ਦੁੱਧ 34-35 ਕਿਲੋ ਵੀਰ ਦੱਸਦਾ ਵੀ ਇਹਨੇ ਕੱਢਿਆ। ਬਰੀਡ ਵਾਈਜ਼ ਇਹ ਵੀ ਟੌਪ ਹੈ, ਬਿਊਟੀ ਇਹਦੀ ਵੀ ਫੁੱਲ ਹੈ। ਕੀ ਫਾਰਮ ਦੀ ਹੈ ਜੀ? ਸਾਇਲੇ ਤੇ ਪਲੀ ਵੀ ਆ, ਜਿੰਦ ਜਾਨ ਬਹੁਤ ਜ਼ਿਆਦੇ ਆ ਵੈਣ ਚ, ਤੁਸੀਂ ਵੇਖ ਹੀ ਲਓ ਕਲਰ ਕਲਰ ਸਾਰਾ ਕੁਝ ਬੀਜੀ ਹੈ ਸਰ। ਫਾਰਮ ਦੀ ਵੱਛੀ ਹੈ ਤੇ ਸਾਇਲੇਜ ਦੇ ਉੱਤੇ ਪਲੀ ਹੈ, ਮਤਲਬ ਸਿਹਤਮੰਦ ਹੈ, ਸੋਹਣੀ ਸੰਭੀ ਵੀ ਹੈ। ਢਾਂਚਾ ਹੁਣ ਖੜੀ ਤੋਂ ਦਿਸਦਾ ਦੋਸਤੋ ਸਾਹਮਣੇ, 90,000 ਰੁਪਏ ਦੀ ਇਹ ਵੈੜ ਮਿਲੂਗੀ। ਅਡਰ ਦੀ ਸਕਿਨ ਬਹੁਤ ਬਰੀਕ ਆ, ਮਗਰ ਤੁਸੀਂ ਦੇਖੋ ਜੀ ਲਓ, ਹਜੇ ਤਾਂ ਵੱਛੀ ਨੇ ਬਹੁਤ ਜ਼ਿਆਦਾ ਤਿਆਰ ਹੋਣਾ ਗਾ। ਸਾਈਜ਼ ਦੇਖੋ ਥਣਾਂ ਦਾ ਸਟ੍ਰੇਟ ਜਮਾਂ ਬਿਲਕੁਲ ਚਾਰੇ ਜੀ। ਠੀਕ ਹੈ, ਬਹੁਤ ਵਧੀਆ ਪਲੂਣਾ ਵੱਛੀਆਂ ਵਰਗੀ ਵੱਛੀ ਲੱਗਦੀ ਹੈ ਜੀ। ਸੋ 4 ਦੰਦ ਹੈ, ਪਹਿਲਾ ਸੂਆ ਇਸ ਵੈੜ ਨੇ ਸੋਣਾ। ਇਹ ਤੋਂ ਅੱਗੇ ਗਾਵਾਂ ਤੁਹਾਨੂੰ ਦਿਖਾਉਣੇ, ਇਹਨੂੰ ਪਾਣੀ ਪੀਣ ਦਿੰਦੇ ਹਾਂ ਕਿਉਂਕਿ ਜਿਹੜਾ ਦੁੱਧ ਵਾਲਾ ਪਸ਼ੂ ਆ, ਵੈਸੇ ਇਹ ਗੱਲ ਪੱਕੀ ਹੈ, ਬੇਸ਼ੱਕ ਨੋਟ ਵੀ ਕਰ ਲਿਓ ਦੋਸਤੋ, ਜਿਹੜਾ ਦੁੱਧ ਵਾਲਾ ਪਸ਼ੂ ਉਹ ਪਾਣੀ ਵੱਧ ਪੀਊਗਾ ਦੂਜਿਆਂ ਦੇ ਮੁਕਾਬਲੇ। ਇਹ 3 ਨੰਬਰ ਤੇ ਵੈੜ ਤੁਹਾਨੂੰ ਦਿਖਾਉਣੀ ਹੈ ਖੁਸ਼ਦੀਪ, ਇਹਦੀ ਕੀ ਡਿਟੇਲ ਹੈ? ਇਹ ਜੀ ਦੂਜਾ ਸੂਆ। ਠੀਕ ਹੈ, ਚੌਕ ਚੋਂ ਛਿੱਗ ਵਾਲੇ ਦੰਦ ਕੱਢ ਰਹੀ ਹੈ ਜੀ। ਕਿੰਨੇ ਦਿਨ ਲਊਗੀ? ਇਹ ਦਿਨ ਲਊਗੀ ਜੀ 8-10 ਦਿਨ ਲਊ ਇਹ। ਠੀਕ ਹੈ, ਰੇਟ ਇਹਦਾ?
ਮਰਿੰਡੇ ਏਰੀਏ ਦੀ ਵਹਿੜ ਆ ਜੀ ਤੇ ਰੇਟ ਆਪਾਂ ਫਿਕਸ ਜਿਹਾ ਜਾਣੀ 1,30,000 ਰੁਪਈਏ ਦੀ ਦੇ ਦਾਂਗੇ ਜੀ ਠੀਕ ਹੈ ਦੁੱਧ ਇਹਦਾ ਪਲੂਨ ਦਾ 37-38 ਕਿਲੋ ਕੱਢਿਆ ਵਾ ਜੀ ਠੀਕ ਹੈ 1,30,000 ਦੀ ਇਹ ਵਹਿੜ ਮਿਲੂਗੀ ਵੱਡੇ ਕੱਦ ਦੀ ਹੈ ਇਹਦੀ ਵੀ ਵੇਲ ਚੰਗੀ ਹੈ ਦੂਜਾ ਸੂਆ ਦੋਸਤੋ ਚੌਕ ਤੋਂ ਛਿੱਕੀ ਹੋਣ ਲੱਗੀ ਹੈ ਢਾਂਚਾ ਤੁਸੀਂ ਦੇਖ ਸਕਦੇ ਹੋ ਕੱਦ ਕੱਟ ਚੰਗਾ ਹੈ ਵੇਲ ਚੰਗੀ ਹੈ ਸੰਭੀ ਸੋਹਣੀ ਹੈ ਹਜੇ ਤਿਆਰੀ ਇਹਨੇ ਫੜਨੀ ਸ਼ੁਰੂ ਕੀਤੀ ਹੈ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਸੋਏ ਦੂਜੇ ਸੂਏ ਸੂਣ ਵਾਲੀ ਵਹਿੜ ਹੈ ਸੋ ਦੋਸਤੋ ਇਹ ਸੈਕਿੰਡ ਲਾਸਟ ਤੇ ਤੁਹਾਨੂੰ ਇੱਕ ਥੋੜੀ ਕ੍ਰੋਸ ਬਰੀਡ ਗਾਂ ਦਿਖਾਉਣੀ ਹੈ ਉਦੋਂ ਬਾਅਦ ਚ ਨਗੀਨਾ ਹੀ ਦਿਖਾਵਾਂਗੇ ਖੁਸ਼ਦੀਪ ਇਹਦੀ ਕੀ ਡਿਟੇਲ ਹੈ ਬਾਈ ਕਹਿਣ ਮਸੂ ਇਹ ਜੀ ਦੂਜੇ ਸੂਏ ਸੂਣੀ ਹੈ ਜੀ ਠੀਕ ਹੈ ਥੋੜੀ ਜਿਹੀ ਭਾਲ ਕਰ ਗਈ ਹੈ ਥਾਣਾ ਚ ਵਹਿੜ ਦਿਨ ਕਿੰਨੇ ਲਊਗੀ ਦਿਨ ਇਹ ਬਸ ਮੇਰੇ ਹਿਸਾਬ ਨਾਲ 4-5 ਕੁ ਦਿਨ ਲਊਗੀ ਜੀ ਹਜੇ ਕੀ ਪਾ ਦੀ ਇਹ ਜੀ ਵਹਿੜ ਜਾਣੀ ਫਿਕਸ ਜਿਹਾ ਰੇਟ ਆਪਾਂ ਦੇ ਦਾਂਗੇ 57,000 ਰੁਪਈਏ ਦੀ ਠੀਕ ਹੈ ਹਾਂਜੀ ਦੁੱਧ ਪਲੂਨ ਦਾ 20 ਕਿਲੋ ਦਿੱਤਾ ਵਾ ਜੀ ਇਹਦਾ ਠੀਕ ਹੈ ਤੇ ਫੈਟ ਵੀ ਇਹਦੀ ਜਾਣੀ 4.5 ਤੋਂ ਪਲੱਸ ਰਹਿੰਦੀ ਹੈ ਬਾਕੀ ਸੰਧੀ ਹੈ ਜੀ ਪੂਰੀ ਵਹਿੜ ਸੋ ਦੋਸਤੋ ਇਹ ਦੂਜਾ ਸੂਆ ਇਹਨੇ ਸੁਣਾ ਪਲੂਨ ਕਰ ਗਈ ਹੈ ਹਵਾਨੇ ਤੇ ਥਣਾ ਦੇ ਉੱਤੇ ਕ੍ਰੋਸ ਬਰੀਡ ਹੈ ਥੋੜੀ ਜੀ ਇਹ 57,000 ਦੀ ਵਹਿੜ ਬਾਈ ਕਹਿੰਦਾ ਦੇਵਾਂਗੇ ਕੁਝ ਫੇਰ ਕੇ ਦਿਖਾ ਦੇ ਸੀਲ ਠੰਡੀ ਬਹੁਤ ਆ ਜੀ ਠੀਕ ਹੈ ਠੰਡੀ ਸੀਲ ਦੋਸਤੋ ਹਵਾਨੇ ਤੇ ਹੱਥ ਲਾਉਣ ਦੀ ਕੋਈ ਦਿੱਕਤ ਨਹੀਂ ਹੈ 57,000 ਚ ਇਹ ਗਾਂ ਮਿਲੂਗੀ ਇਹ ਤੁਹਾਨੂੰ ਮੈਂ ਕ੍ਰੋਸ ਬਰੀਡ ਗਾਂ ਦਿਖਾ ਰਿਹਾ ਭਲੂਣ ਇਹਦੇ ਥਣਾ ਤੇ ਹੈ ਚਵਾਈ ਤੋਂ ਬਾਅਦ ਚ ਸੂਣ ਤੋਂ ਬਾਅਦ ਜਦੋਂ ਭਲੂਣ ਉਤਰੂਗੀ ਤਾਂ ਠੰਡਾ ਸਹਿ ਜਿਹੜਾ ਸੋਹਣਾ ਨਿਕਲੂ ਵੇਚਾਂਗੇ ਜਾਂ ਵੈਸੇ ਮਿੱਟੀ ਤੇ ਲੈ ਕੇ ਚੱਕ ਵੀ ਜਾਂਦੀ ਹੈ ਜੀ ਕੋਈ ਚੱਕ ਨਹੀਂ ਦਾ ਜਿਹੜੀ ਖੁਸ਼ਦੀਪ ਲਾਸਟ ਵਾਲੀ ਵਹਿੜ ਆ ਇਹ ਜੀ ਬੱਚੀ ਮੰਨ ਕੇ ਚੱਲੋ ਵੀ ਦੁੱਗ ਵਾਲੇ ਦੰਦ ਕੱਢਣੇ ਲੱਗੀ ਆ ਇਹ ਜੀ ਦੋਂਦ ਵਾਲੇ ਦੰਦ ਕੱਢਣ ਲੱਗੀ ਆ ਹਾਂਜੀ ਕਿੰਨੇ ਦਿਨ ਲਊ ਸੂਣ ਚ ਇਹ ਜੀ 24 ਤਰੀਕ ਨੂੰ ਦਿਨ ਪੂਰੇ ਦੱਸਿਆ ਅੱਜ ਲਿਆਂਦੇ ਹੋਈ ਆਏ ਹੋਣੇ ਵਹਿੜ ਦੀ ਠੀਕ ਹੈ ਅੱਜ ਹਜੇ 16 ਤਰੀਕ ਹੈ 24 ਨੂੰ 8 ਦਿਨ ਪਏ ਆ ਦਿਨ ਪੂਰੇ ਹੋ ਗਏ ਦਿਨ ਪਏ ਆ ਜੀ ਠੀਕ ਹੈ ਕੀ ਰੇਟ ਰੱਖਾਂਗੇ ਖੁਸ਼ਦੀਪ ਦਾ ਰੇਟ ਬਈ ਵੈਸੇ ਮੁੱਲ ਕਰਾਉਣ ਨੂੰ ਚਾਹੇ 2.5 ਕਰ ਵਾਲੇ 3 ਕਰ ਵਾਲੇ ਜੀ ਜਾਣੀ 1,85,000 ਰੁਪਏ ਦੀ ਬੱਚੀ ਦਵਾਂਗੇ ਜੀ 1,85 ਦੀ ਉਹ ਇਹ ਚ ਬਾਹਲਾ ਨਹੀਂ ਉੱਚਾ ਲੰਮਾ ਕੰਮ ਹੋਣਾ ਹੈਗਾ ਠੀਕ ਹੈ ਬਈ ਜਾਣੀ ਬੜਾ ਮੋਟਾ ਫਰਕ ਹੋਊਗਾ ਇਹ ਚ ਕੋਈ ਜ਼ਿਆਦੇ ਨਹੀਂ ਠੀਕ ਹੈ ਤਾਂ ਦੋਸਤੋ ਬਰੀਡ ਬਿਊਟੀ ਇਹਦੀ 1 ਨੰਬਰ ਦੋਂਦ ਵਾਲੇ ਦੰਦ ਕੱਢ ਰਹੀ ਹੈ ਕੱਦ ਕਾਠ ਦੇਖ ਲਓ ਜੇ ਹਵਾਨਾ ਦੇਖ ਲਓ ਹਜੇ 24 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ 16 ਤਰੀਕ ਨੂੰ ਤੁਸੀਂ ਇਹਦਾ ਹਵਾਨਾ ਦੇਖ ਰਹੇ ਹੋ ਕਰਮ ਵਾਲੀ ਦਾ ਇਹ ਇੱਕ ਨਗੀਨਾ ਦੱਸੋ ਐਚ ਐਫ ਨਸਲ ਦਾ ਹਾਈਟ ਦੇਖ ਲਓ ਜੀ ਬਾਕੀ ਸਕਿਨ ਦੇਖੋ ਕਿੰਨੀ ਬਰੀਕ ਪਈ ਆਰਡਰ ਦੀ ਹਜੇ ਇਹਨੇ ਸਾਰਾ ਆਰਡਰ ਆ ਜਿਹੜਾ ਇਹ ਤਿਆਰ ਹੀ ਕਰੀ ਜਾਣਾ ਜੀ ਮੱਛੀ ਨੇ ਫੇਸ ਤਿਆਰੀ ਇਹਦੀ ਤੁਸੀਂ ਦੇਖ ਸਕਦੇ ਹੋ ਫੇਸ ਬਿਊਟੀ ਦੇਖ ਸਕਦੇ ਹੋ ਕਹਿੰਦੇ ਆ ਵੀ ਦੰਦਾਂ ਨਾਲ ਗੰਦ ਦਿਖਾਈ ਦੋ ਦੋਗ ਵਾਲੇ ਹਜੇ ਕੱਢ ਰਹੇ ਹੋ ਜੀ ਮੱਛੀ ਨੇ ਠੀਕ ਹੈ ਦੋਂਦ ਵਾਲੇ ਦੰਦ ਦੋਸਤੋ ਪੂਰੇ ਖੜੇ ਵੀ ਨਹੀਂ ਖੜੇ ਓਕੇ ਕੁਆਲਿਟੀ ਬਹੁਤ ਜ਼ਿਆਦਾ ਆ ਫੇਸ ਦੀ ਤੋਰ ਦੇ ਬਈ ਸੋ ਇੱਕ ਨਗੀਨਾ ਤੁਹਾਨੂੰ ਦਿਖਾ ਰਿਹਾ ਦੋਸਤੋ ਚਾਰੇ ਥਣ ਨਿਖੜਵੇਂ ਬਹੁਤ ਸੋਹਣੇ ਕੱਦ ਕਾਠ ਚੰਗਾ ਬਿਊਟੀ ਇਹਦੀ ਬਹੁਤ ਚੰਗੀ ਹੈ ਹਵਾਨਾ ਤੁਸੀਂ ਦੇਖ ਸਕਦੇ ਹੋ ਡਿਮਾਂਡ ਇਹਦੀ ਜਿਹੜੀ ਹੈਗੀ ਆ ਉਹ 1,85 ਹੈ ਬਹੁਤ ਸੋਹਣੀ ਵਹਿੜ ਦੋਸਤੋ ਲਾਸਟ ਉੱਤੇ ਤੁਸੀਂ ਦੇਖ ਰਹੇ ਹੋ ਜਿਹਨੂੰ ਚੰਗੀ ਲੱਗਦੀ ਹੈ ਪਸੰਦ ਆਉਂਦੀ ਹੈ ਤਾਂ ਨੰਬਰ ਬਾਈ ਦਾ ਸਕਰੀਨ 'ਤੇ ਹੈ ਬਾਕੀ ਤੁਹਾਨੂੰ 4 ਨਗ ਮੈਂ ਹੋਰ ਦਿਖਾਏ ਆ 5 ਨਗ ਅੱਜ ਟੋਟਲ ਵੀਡੀਓ 'ਚ ਲਾਏ ਆ ਬਾਕੀ ਪਹਿਲਾਂ ਦੱਸ ਕੇ ਹਟਿਆ ਵੀ ਜਿਹੜਾ ਉਹ ਪਸ਼ੂ ਵੀਰ ਕੋਲੋਂ ਕਾਫੀ ਸਾਰੇ ਆਉਂਦੇ ਆ ਜਿਹੜੇ ਅੱਗੇ ਸੇਲ ਹੁੰਦੇ ਰਹਿੰਦੇ ਆ ਰੂਟੀਨ ਦੇ ਵਿੱਚ ਗਾਹਕ ਹਰ ਟਾਈਮ ਇੱਥੇ ਅਵੇਲੇਬਲ ਰਹਿੰਦਾ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ